ਸੜਕ ਦੇ ਵਿਚਕਾਰ ਖੜੇ ਟਰਾਲੇ ਦੇ ਵਿੱਚ ਜਾ ਵਜੀ ਬੱਸ, ਧੁੰਦ ਕਾਰਨ ਡਰਾਈਵਰ ਨੂੰ ਨਹੀਂ ਦਿਖਿਆ ਟਰਾਲਾ। ਮੌਕੇ ਤੋਂ ਫਰਾਰ ਹੋਇਆ ਟਰਾਲੇ ਦਾ ਡਰਾਈਵਰ। ਦੱਸਦੇ ਕਿ ਇੱਕ ਭਿਆਨਕ ਹਾਦਸਾ ਹੋਇਆ ਜਿਸ ਦੇ ਵਿੱਚ ਸੜਕ ਤੇ ਸਵਾਰੀਆਂ ਨਾਲ ਭਰੀ ਬੱਸ ਦੀ ਇੱਕ ਟਰਾਲੇ ਦੇ ਨਾਲ ਟੱਕਰ ਹੋ ਜਾਂਦੀ ਹੈ, ਜਿਸ ਵਿੱਚ ਕਈ ਸਵਾਰੀਆਂ ਦੇ ਸੱਟਾਂ ਵੀ ਲੱਗਦੀਆਂ ਨੇ ਤੇ ਉਹ ਗੰਭੀਰ ਰੂਪ ਦੇ ਨਾਲ ਜ਼ਖਮੀ ਹੋ ਜਾਂਦੇ ਹੈ, ਜਿਨ੍ਹਾਂ ਨੂੰ ਨਜ਼ਦੀਕੀ ਹਸਪਤਾਲ ਦਾਖਲ ਕਰਵਾ ਦਿੱਤਾ ਜਾਂਦਾ ਹੈ। ਦੱਸਦੇ ਕਿ ਮਾਮਲਾ ਮਾਨਸਾ ਤੋਂ ਸਾਹਮਣੇ ਆਇਆ ਜਿੱਥੇ ਡਰਾਈਵਰ ਅਤੇ ਸਵਾਰੀਆਂ ਅਨੁਸਾਰ ਟਰਾਲਾ ਸੜਕ ਦੇ ਵਿਚਕਾਰ ਖੜਿਆ ਸੀ ਤੇ ਧੁੰਦ ਕਾਰਨ ਉਹ ਨਹੀਂ ਦਿਖਿਆ, ਜੋ ਕਿ ਹਾਦਸੇ ਦਾ ਕਾਰਨ ਬਣਿਆ, ਜਿਸ ਤੋਂ ਬਾਅਦ ਬੱਸ ਦਾ ਕਾਫੀ ਨੁਕਸਾਨ ਹੋ ਜਾਂਦਾ ਹੈ। ਵੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਇਹ ਬੱਸ ਨੁਕਸਾਨੀ ਗਈ ਹੈ, ਜਿਸ ਦੇ ਵਿੱਚ ਕਈ ਸਵਾਰੀਆਂ ਬੈਠੀਆਂ ਸੀ ਤੇ ਉਹਨਾਂ ਦੇ ਕਾਫੀ ਗੰਭੀਰ ਸੱਟਾਂ ਲੱਗਦੀਆਂ ਨੇ, ਜਿਸ ਤੋਂ ਬਾਅਦ ਉਹਨਾਂ ਨੂੰ ਨਜ਼ਦੀਕੀ ਹਸਪਤਾਲ ਪਹੁੰਚਾ ਦਿੱਤਾ ਜਾਂਦਾ ਹੈ। ਤਾਂ ਦੱਸ ਦਈਏ ਕਿ ਹਾਦਸੇ ਤੋਂ ਬਾਅਦ ਟਰਾਲੇ ਦਾ ਜਿਹੜਾ ਡਰਾਈਵਰ ਹੁੰਦਾ ਉਹ ਮੌਕੇ ਤੋਂ ਫਰਾਰ ਹੋ ਜਾਂਦਾ ਹੈ, ਜਿਸ ਤੋਂ ਬਾਅਦ ਇਸਦੀ ਸੂਚਨਾ ਪੁਲਿਸ ਨੂੰ ਦਿੱਤੀ ਜਾਂਦੀ ਹੈ ਤੇ ਹੁਣ ਪੁਲਿਸ ਨੇ ਮਾਮਲਾ ਦਰਜ ਕਰਕੇ ਟਰਾਲਾ ਡਰਾਈਵਰ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਤਾਂ ਦੱਸ ਦਈਏ ਕਿ ਧੁੰਦ ਕਾਰਨ ਲਗਾਤਾਰ ਸੜਕ ਹਾਦਸੇ ਵਾਪਰ ਰਹੇ ਨੇ। ਇੱਕ ਹਾਦਸਾ ਮਾਨਸਾ ਤੋਂ ਸਾਹਮਣੇ ਆਇਆ ਜਿੱਥੇ ਸੜਕ ਦੇ ਵਿਚਕਾਰ ਇਹ ਟਰਾਲਾ ਖੜਾ ਸੀ ਤਾਂ ਧੁੰਦ ਦੇ ਕਾਰਨ ਸਵਾਰੀਆਂ ਨਾਲ ਭਰੀ ਬੱਸ ਆ ਰਹੀ ਹੈ, ਪਰ ਉਸ ਨੂੰ ਇਹ ਧੁੰਦ ਦੇ ਕਾਰਨ ਨਹੀਂ ਦਿਖਦਾ, ਜਿਸ ਕਾਰਨ ਇਹ ਭਿਆਨਕ ਹਾਦਸਾ ਹੋ ਜਾਂਦਾ। ਟੱਕਰ ਇੰਨੀ ਭਿਆਨਕ ਸੀ, ਵੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਇਹ ਬੱਸ ਨੁਕਸਾਨੀ ਗਈ ਹੈ, ਜਿਸ ਦੇ ਵਿੱਚ ਸਵਾਰੀਆਂ ਦੇ ਕਾਫੀ ਗੰਭੀਰ ਸੱਟਾਂ ਲੱਗਦੀਆਂ ਨੇ, ਜਿਨ੍ਹਾਂ ਨੂੰ ਨਜ਼ਦੀਕੀ ਹਸਪਤਾਲ ਦਾਖਲ ਕਰਵਾ ਦਿੱਤਾ ਜਾਂਦਾ ਹੈ। ਬਠਿੰਡੇ ਤੋਂ ਆ ਰਹੇ ਸੀਗੇ ਅਸੀਂ, ਗੱਡੀ ਜਿਵੇਂ ਸਲੋ ਸੀ, ਟਰਾਲੇ ਵਾਲਿਆਂ ਮੂਹਰੋਂ ਇੱਕਦਮ ਬਾਹਰ ਕੱਢਤਾ, ਬ੍ਰੇਕਾਂ ਬਹੁਤ ਲਾਈਆਂ ਸੀਗੀਆਂ ਜੀ, ਨਹੀਂ ਸੰਭਲੀ ਗੱਡੀ, ਕੰਟਰੋਲ ਨਹੀਂ ਹੋਈ ਜੀ, ਅਤੇ ਟਰਾਲਾਂ ਦੇ ਸੱਟ ਹੈ ਨਹੀਂ ਜੀ, ਅਤੇ ਆਮ ਸੱਟਾਂ ਥੋੜ੍ਹੀਆਂ ਥੋੜ੍ਹੀਆਂ। ਬਾਈ ਪੰਜ ਛੇ ਹੈਗੇ ਜੀ ਬੰਦੇ ਜੀ, ਦੋ ਕੁ ਲੇਡੀ ਜੀ ਹੈ ਜੀ, ਉਹਨਾਂ ਦੀ ਸੱਟਾਂ ਜੀ ਥੋੜ੍ਹੇ, ਨਹੀਂ ਜਾਨੀ ਨੁਕਸਾਨ ਨਹੀਂ ਹੋਏ ਕੋਈ, ਬੱਚਤ ਰਹਿ ਗਈ ਸਾਨੂੰ। ਮੈਂ ਜ਼ਿਲ੍ਹਾ ਫਿਰੋਜ਼ਪੁਰ ਤੋਂ ਆਇਆ, ਸਰਦੂਲਗੜ੍ਹ ਆਉਣਾ ਸੀਗਾ, ਅਤੇ ਇਹਨਾਂ ਬੱਸ ਆਪਦੇ ਸਾਈਡ 'ਤੇ ਸੀ, ਜਿਹੜਾ ਘੋੜੇ ਵਾਲਾ ਉਹਨਾਂ ਨੇ ਕੀ ਯਕਦਮ ਬੈਕ ਕਰਦਾ ਪਿਆ ਸੀ ਅਤੇ ਉਹਨਾਂ ਕੋਲੋਂ ਘੋੜਾ ਸੰਭਾਲਿਆ ਨਹੀਂ ਗਿਆ, ਅਤੇ ਬੱਸ ਵਾਲੇ ਦੀ ਕੋਈ ਗੱਡੀ ਨਹੀਂ, ਗਲਤੀ ਨਹੀਂ, ਬੱਸ ਵਾਲੇ ਨੇ ਆਪਦਾ ਕੰਟਰੋਲ ਕੀਤਾ, ਬੱਸ ਵਾਲੇ ਨੇ ਸਾਰਿਆਂ ਨੂੰ ਬਚਾਇਆ। ਸੱਟ ਸਾਡੇ ਜੀ ਆ ਮੂੰਹ 'ਤੇ ਹੀ ਆ। ਟਰਾਲੇ ਵਾਲਾ ਹੈਗਾ, ਇਹ ਟਰਾਲਾ ਬੈਕ ਲਾ ਰਿਹਾ ਸੀ, ਅਤੇ ਅਜੇ ਤੱਕ ਜਾਨੀ ਕੋਈ ਨੁਕਸਾਨ ਨਹੀਂ ਹੋਇਆ, ਪਰਮਾਤਮਾ ਦੀ ਮਿਹਰ ਰਹੀ ਹੈ, ਅਤੇ ਨੁਕਸਾਨ ਹੋਣ ਤੋਂ, ਜਾਨੀ ਨੁਕਸਾਨ ਹੋਣ ਤੋਂ ਬਚਾਅ ਹੋ ਗਿਆ। ਇਨਵੈਸਟੀਗੇਸ਼ਨ ਇਹ ਚੱਲ ਰਹੀ ਆ, ਜੇ ਡਰਾਈਵਰ ਜਿਹੜਾ ਟਰਾਲੇ ਦਾ ਡਰਾਈਵਰ ਹੈਗਾ ਉਹ ਇੱਥੋਂ ਮੌਕੇ ਤੋਂ ਭੱਜ ਗਿਆ, ਅਤੇ ਉਹਦੇ ਮੁਤਾਬਕ ਅੱਗੇ ਜੋ ਵੀ ਸਾਹਮਣੇ ਆਉਣਗੇ ਤੱਥ ਇਨਵੈਸਟੀਗੇਸ਼ਨ ਦੌਰਾਨ ਉਹਦੇ ਮੁਤਾਬਕ ਕਾਨੂੰਨੀ ਕਾਰਵਾਈ ਕੀਤੀ ਜਾਊ। ਅਤੇ ਮੈਂ ਬਠਿੰਡੇ ਤੋਂ ਆ ਰਿਹਾ ਸੀਗਾ ਜੀ, ਉਹ ਸਦੂਗੜ੍ਹ ਨੂੰ, ਇੱਥੇ ਘੋੜੇ ਵਾਲਾ ਬੈਕ ਕਰੀ ਜਾਂਦਾ ਸੀਗਾ ਜੀ, ਸੜਕ ਦੇ ਜਮ੍ਹਾਂ ਵਿਚਾਲੇ ਵਿਚਕਾਰ, ਕਿਤੇ ਥਾਂ ਹੀ ਨਹੀਂ ਸੀ ਪੂਰਾ ਵੀ ਗਾਂ ਗੱਡੀ ਲੰਘਣ ਨੂੰ, ਇੱਕਦਮ ਇਹਨੇ ਮੂਹਰੇ ਗੱਡੀ ਕਰਤੀ ਜੀ, ਘੋੜਾ ਗੱਡੀ ਰੋਕਣ ਨੂੰ ਟਾਈਮ ਹੀ ਨਹੀਂ ਦਿੱਤਾ ਜੀ ਇਹਨੇ। ਜਾਨੀ ਬਚ ਗਿਆ ਜੀ, ਸੱਟਾਂ ਹੈਗੀਆਂ ਮਾੜੀਆਂ ਮੋਟੀਆਂ ਜੀ, ਬੜਾ ਜਾਨੀ ਨੁਕਸਾਨ ਨਹੀਂ ਹੈਗਾ ਜੀ ਕੋਈ, ਮਤਲਬ ਸੱਟਾਂ ਫੇਟਾਂ ਵੱਜੀਆਂ ਜੀ ਮੁੰਡਿਆਂ ਦੇ ਦੋ ਚਾਰ ਦੇ।